ਅਸੀਂ ਇਕੱਲੇ ਰਾਜਸਥਾਨ ਤੋਂ 16 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਪਾਣੀ ਦੀ ਕੀਮਤ ਦੀ ਲੈਣੀ ਹੈ। ਜਲਿਆਂਵਾਲਾ ਬਾਗ ਕਾਂਡ ਦਾ ਕਾਲਾ ਕਾਰਨਾਮਾ ਕਰਕੇ ਗਏ ਅਤੇ ਰਾਤ ਨੂੰ ਡਿਨਰ ਮਜੀਠੀਆਂ ਦੇ ਘਰੇ ਹੋਇਆ। ਇਤਿਹਾਸਿਕ ਸੱਚਾਈ ਹੈਗੀ ਹੈ। ਜਿਹੜੇ ਲੋਕ ਜਗੀਰਾਂ ਪ੍ਰਾਪਤ ਕਰਨ ਵਾਸਤੇ, ਫੀਤੀਆਂ ਲਵਾਉਣ ਵਾਸਤੇ, ਸਰ ਦੀ ਉਪਾਧੀ ਲੈਣ ਵਾਸਤੇ ਅੰਗਰੇਜ਼ਾਂ ਦੇ ਪਿੱਠੂ ਬਣੇ ਰਹੇ ਆ। ਜਿਹੜਾ ਬੰਦਾ ਇੰਨਾ ਜਲੀਲ ਹੋ ਰਿਹਾ ਕਾਂਗਰਸ ਦੇ ਵਿੱਚੋਂ, ਬੇਇੱਜ਼ਤੀ ਕਰਵਾ ਰਿਹਾ, ਪਤਾ ਨਹੀਂ ਕੀ ਮਜ਼ਬੂਰੀ ਹੈਗੀ ਉਹਦੀ। ਸਾਡਾ ਪਾਣੀ ਸਾਡਾ ਹੱਕ ਮੁਹਿੰਮ ਤਹਿਤ ਬਠਿੰਡਾ ਪਹੁੰਚੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪ੍ਰੈਸ ਕਲੱਬ ਵਿੱਚ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਹੈ, ਪੰਜਾਬ ਦਾ ਪਾਣੀ ਮੁਕਤ ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੂੰ ਜਾ ਰਿਹਾ ਹੈ। ਪੰਜਾਬ ਸਰਕਾਰ ਇਹਨਾਂ ਸੂਬਿਆਂ ਤੋਂ ਪਾਣੀ ਦਾ ਬਿੱਲ ਵਸੂਲੇ ਜਾਂ ਫਿਰ ਸੂਬਿਆਂ ਨੂੰ ਜਾਣ ਵਾਲਾ ਪਾਣੀ ਬੰਦ ਕਰੇ। ਉਹਨਾਂ ਇਹ ਦੋਸ਼ ਲਾਉਂਦਿਆਂ ਪਾਣੀ ਦੇ ਮੁੱਦੇ ਤੇ ਅਕਾਲੀ, ਭਾਜਪਾ ਤੇ ਕਾਂਗਰਸ ਤਿੰਨੇ ਪਾਰਟੀਆਂ ਗੰਭੀਰ ਨਹੀਂ ਹਨ। ਬਠਿੰਡਾ ਦੇ ਵਿੱਚ ਸਾਡਾ ਪਾਣੀ ਸਾਡਾ ਹੱਕ, ਪੰਜਾਬ ਰਿਪੇਰੀਅਨ ਸਟੇਟ ਆ, ਸਾਡਾ ਰਾਈਟ ਹੈਗਾ ਕਿ ਅਸੀਂ ਹੜ੍ਹਾਂ ਦਾ ਨੁਕਸਾਨ ਝੱਲਦੇ ਹਾਂ। ਲੱਖਾਂ ਏਕੜ ਜ਼ਮੀਨ ਦਰਿਆਵਾਂ ਦੇ ਥੱਲੇ ਪੰਜਾਬ ਦੀ ਆਈ ਆ, ਅਤੇ ਫਿਰ ਇਹ ਕਾਨੂੰਨ ਸਾਡਾ ਰਾਈਟ ਹੈ ਪੰਜਾਬ ਦਾ, ਰਿਪੇਰੀਅਨ ਸਟੇਟ ਦਾ, ਪੰਜਾਬ ਦੇ ਲੋਕਾਂ ਦਾ, ਕਿ ਅਸੀਂ ਪੰਜਾਬ ਤੋਂ ਜਾ ਰਹੇ ਪਾਣੀ ਦੀ ਕੀਮਤ ਵਸੂਲ ਕਰਨੀ ਹੈ। ਇਕੱਲੇ ਰਾਜਸਥਾਨ ਵੱਲ ਹੁਣ ਤੱਕ ਦੇਸ਼ ਦੇ ਅੰਦਰ ਵਾਟਰ ਐਂਡ ਪਾਵਰ ਕਮਿਸ਼ਨ ਆਫ ਇੰਡੀਆ ਜਿਹੜਾ ਨਹਿਰੀ ਪਾਣੀ ਦੀ ਕੀਮਤ ਤੈਅ ਕਰਦਾ, ਅਸੀਂ ਇਕੱਲੇ ਰਾਜਸਥਾਨ ਤੋਂ 16 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਪਾਣੀ ਦੀ ਕੀਮਤ ਦੀ ਲੈਣੀ ਹੈ। ਸੋ ਇਸ ਕਰਕੇ ਅਸੀਂ ਜਿਹੜੀ ਸਾਡਾ ਪਾਣੀ ਸਾਡਾ ਹੱਕ ਡਰਾਈਵ ਸਟਾਰਟ ਕੀਤੀ ਹੈ, ਜਿਹਦੇ ਵਿੱਚ 14 ਲੱਖ ਲੋਕਾਂ ਤੋਂ ਸਾਈਨ ਕਰਾ ਕੇ ਇਹ ਪਟੀਸ਼ਨ ਪੰਜਾਬ ਵਿਧਾਨ ਸਭਾ ਦੇ ਅੰਦਰ ਪਟੀਸ਼ਨ ਕਮੇਟੀ ਦੇ ਕੋਲ ਸਬਮਿਟ ਕਰਨੀ ਹੈ। ਸੋ ਬਹੁਤ ਵਧੀਆ, ਅੱਜ ਮੈਂ ਰਾਮਪੁਰਾ ਪੂਲ ਜਾ ਕੇ ਆਇਆ, ਬਹੁਤ ਵੱਡਾ ਇਕੱਠ ਸੀਗਾ। ਉਸ ਇਕੱਠ ਦੇ ਵਿੱਚ ਬਠਿੰਡਾ ਜਿਹੜਾ ਪਹਿਲਾਂ ਹੀ ਬੜੇ ਅਗਰੈਸਿਵ ਨੇ ਸਾਰੀ ਮੇਰੇ ਸਾਥੀ, ਸੋ ਇਸ ਮੁਹਿੰਮ ਦਾ ਆਗਾਜ਼ ਬਠਿੰਡਾ ਦੇ ਵਿੱਚ ਤੁਹਾਡੇ ਰੂਬਰੂ ਹੋ ਕੇ ਕਰਨ ਵਾਸਤੇ। ਇਸ ਤੋਂ ਇਲਾਵਾ ਬੈਂਸ ਨੇ ਬਿਕਰਮਜੀਤ ਸਿੰਘ ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ਨੂੰ ਵੀ ਜਨਰਲ ਡਾਇਰ ਦੇ ਮੁੱਦੇ ਤੇ ਲੰਬੇ ਹੱਥੀ ਲਿਆਏ। ਉਹ ਤਾਂ ਉਹ ਜਾਗਿਆਰ ਹੈਗੀ ਆ ਗੱਲ, ਜਨਰਲ ਡਾਇਰ ਜਦੋਂ ਜਲਿਆਂਵਾਲਾ ਬਾਗ ਕਾਂਡ ਦਾ ਕਾਲਾ ਕਾਰਨਾਮਾ ਕਰਕੇ ਗਏ ਅਤੇ ਰਾਤ ਨੂੰ ਡਿਨਰ ਮਜੀਠੀਆਂ ਦੇ ਘਰੇ ਹੋਇਆ। ਇਤਿਹਾਸਿਕ ਸੱਚਾਈ ਹੈਗੀ ਹੈ। ਇਸ ਸੱਚਾਈ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਜਾਂ ਉਹਦਾ ਭਰਾ ਬਿਕਰਮ ਮਜੀਠੀਆ ਮੁਨਕਰ ਨਹੀਂ ਹੋ ਸਕਦੇ। ਇਹਨਾਂ ਦੇ ਜਨਮ ਤੋਂ ਪਹਿਲਾਂ ਦੀ ਹਿਸਟਰੀ ਲਿਖੀ ਪਈ ਹੈ। ਅੱਜ ਉਹ ਲੋਕ ਜਿਹੜੇ ਲੋਕ ਜਗੀਰਾਂ ਪ੍ਰਾਪਤ ਕਰਨ ਵਾਸਤੇ, ਫੀਤੀਆਂ ਲਵਾਉਣ ਵਾਸਤੇ, ਸਰ ਦੀ ਉਪਾਧੀ ਲੈਣ ਵਾਸਤੇ ਅੰਗਰੇਜ਼ਾਂ ਦੇ ਪਿੱਠੂ ਬਣੇ ਰਹੇ ਆ, ਅਤੇ ਅੱਜ ਉੱਠ ਕੇ ਸ਼ਹਾਦਤਾਂ ਦੇ ਉੱਤੇ, ਸ਼ਹੀਦਾਂ ਦੇ ਸਤਿਕਾਰ ਵਜੋਂ ਬੜੇ ਲੰਬੇ ਚੌੜੇ ਭਾਸ਼ਣ ਕਰਦੇ ਆ, ਸਿਰਫ ਰਾਜਨੀਤੀ। ਬੈਂਸ ਨੇ ਨਵਜੋਤ ਸਿੰਘ ਸਿੱਧੂ ਦੇ ਮੁੱਦੇ ਤੇ ਬੋਲਦੇ ਕਿਹਾ ਹੈ ਕਿ ਸਿੱਧੂ ਨੂੰ ਕਾਂਗਰਸ ਛੱਡ ਦੇਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੂੰ ਕਾਂਗਰਸ ਵਿੱਚ ਜਲੀਲ ਕੀਤਾ ਜਾ ਰਿਹਾ ਹੈ। ਹੁਣ ਸਿੱਧੂ ਨੂੰ ਪੁੱਛੋ, ਜਿਹੜਾ ਬੰਦਾ ਇੰਨਾ ਜਲੀਲ ਹੋ ਰਿਹਾ ਕਾਂਗਰਸ ਦੇ ਵਿੱਚੋਂ, ਬੇਇੱਜ਼ਤੀ ਕਰਵਾ ਰਿਹਾ, ਪਤਾ ਨਹੀਂ ਕੀ ਮਜ਼ਬੂਰੀ ਹੈਗੀ ਉਹਦੀ। ਅਸੀਂ ਤਾਂ ਬੜੀ ਵਾਰੀ ਕਹਿ ਲਿਆ, ਹੁਣ ਵਾਰ ਵਾਰ ਕਹਿੰਦੇ ਵੀ ਚੰਗੇ ਨਹੀਂ ਲੱਗਦੇ। ਹੁਣ ਉਹ ਆਪਣੀ ਬੁੱਧੀ ਤੋਂ ਫੈਸਲਾ ਲਵੇ, ਆਪਣੀ ਸੋਚ ਨਾਲ ਫੈਸਲਾ ਲਵੇ। ਇੱਕ ਪਾਸੇ ਚਪੇੜਾ ਪੈ ਰਹੀਆਂ, ਦੂਜੇ ਪਾਸੇ ਰੋਣ ਵੀ ਨਹੀਂ ਦਿੰਦੇ, ਨਾਲੇ ਕੁੱਟ ਲਓ ਅਤੇ ਨਾਲੇ ਰੋਣ ਨਾ ਦਿਓ। ਸੋ ਇਸ ਕਰਕੇ ਸਿੱਧੂ ਸਾਹਿਬ ਨੂੰ ਆਪਣੀ ਸਿਆਣਪ ਤੋਂ, ਸੂਝਬੂਝ ਤੋਂ ਫੈਸਲਾ ਲੈਣਾ ਚਾਹੀਦਾ। ਬਠਿੰਡਾ ਤੋਂ ਪਰਮਿੰਦਰ ਸਿੰਘ ਦੀ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।